स्वागत पंजाब टैलीविजन च मैं हरजिंदर सिंह रंधावा और मेरे नाल ने सरदार नरेंद्रपाल सिंह गुरदास मान दा गीत सुनिया है तुसी जी कि तू भी रह गयो अधूरा मैं भी रह गई अधूरी तेरी होर मजबूरी मेरी होर मजबूरी रह गई खन्ने विच नहीं छन्ने च सी रह गई छन्ने विच चूरी खंड खीर बन के हाँ की खट्टिया मैं तेरी हीर बन के क्या बात है। कई बार जो सच सिरजे होंगे ना आपे ही जी 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 तो जदों होंगे भरमा तो लगते सच है हाँ ਤੇ ਜਦੋਂ ਸੱਚਾਈਆਂ ਸਾਹਮਣੇ ਆਉਂਦੀਆਂ ਤੇ ਬੰਦਾ ਤਿੜਕਦਾ ਉਹ ਜਦੋਂ ਭਰਮ ਦਾ ਜਿਹੜੇ ਭਾਂਡਾ ਟੁੱਟਦਾ ਨਾ ਕਹਿੰਦੇ ਬਚਦਾ ਕੁਛ ਨਹੀਂ ਫਿਰ ਥੱਲੇ। ਲੇਕਿਨ ਜੇ ਵੱਡੇ ਵੱਡੇ ਬੰਦੇ ਭਰਮ ਸਿਰਜ ਲੈਣ ਜੀ ਤੇ ਉਹ ਇਕੱਲਿਆਂ ਦਾ ਭਰਮ ਨਹੀਂ ਟੁੱਟਦਾ ਹਾਂ ਨਾਲ ਨੁਕਸਾਨ ਕੌਮਾਂ ਦੇ ਵੀ ਹੁੰਦੇ ਕਈਆਂ ਦੀਆਂ ਖਾਹਿਸ਼ਾਂ ਜਿਹੜੀਆਂ ਨੇ ਉਹ ਚੱਕਰਾ ਚੂਰ ਹੋ ਜਾਂਦੀਆਂ ਤੇ ਜਦੋਂ ਲੀਡਰ ਜਿਹੜੇ ਆ ਉਹ ਐਸੇ ਭਰਮ ਪਾੜ ਲੈਣ ਹਾਂ ਕੌਮੀ ਨੁਕਸਾਨ ਵੀ ਹੋ ਜਾਂਦੇ। ਬਿਲਕੁਲ ਜਦੋਂ ਲੀਡਰ ਖਾਸ ਕਰਕੇ ਇਹ ਸੋਚ ਲੈਣ ਕਿ ਸਾਡੇ ਬਿਨਾਂ ਤਾਂ ਹੁਣ ਦਿਨ ਨੀਚੇ ਚੜ੍ਹਨਾ, ਜੇ ਚੰਦਰਮਾ ਵੀ ਰਾਤ ਨੂੰ ਨਜ਼ਰ ਆਇਆ ਤਾਂ ਹੀ ਨਜ਼ਰ ਆਊ ਜੇ ਅਸੀਂ ਕਿਤੇ ਬਾਹਰ ਨਿਕਲੇ ਹੋਈਏ ਤਾਂ। ਲੇਕਿਨ ਸਰਦਾਰ ਜੀ ਹਰ ਵਾਰੀ ਜੀ ਹਰ ਗੋਟੀ ਸਿੱਧੀ ਨਹੀਂ ਜੇ ਪੈਂਦੀ, ਸਿਆਸਤ ਦਾ ਪਹਿਲਾ ਅਸੂਲ ਹੈ ਬਿਲਕੁਲ ਕਿ ਕਹਿੰਦੇ ਤੁਸੀਂ ਕਹਿੰਦੇ ਹੁੰਦੇ ਨਾ ਕਿ ਸੌਣ ਭਾਦੋ ਦਾ ਤਿਲਕਿਆ ਜੀ ਅਤੇ ਹੋਰ ਕੀ ਸੌਣ ਭਾਦੋ ਦਾ ਤਿਲਕਿਆ ਪੁਲਿਸ ਦਾ ਝਿੜਕਿਆ ਕਹਿੰਦੇ ਗੁੱਸਾ ਨਹੀਂ ਕਰੀਦਾ ਤੇ ਕਹਿੰਦੇ ਵਰ ਵੀ ਨਹੀਂ ਆਉਂਦਾ ਮੁੜ ਕੇ ਕੰਮ, ਹਾਂ ਕਿਤੇ ਗੋਡਾ ਗਾਡਾ ਨਿਕਲ ਜੇ ਬਿਲਕੁਲ ਅਤੇ ਕੰਮ ਖਰਾਬ ਹੁੰਦਾ ਬਿਲਕੁਲ। ਸਰਦਾਰ ਸੁਖਬੀਰ ਸਿੰਘ ਬਾਦਲ ਉਹ ਕਰਤਾਰਪੁਰ ਸਾਹਿਬ ਗਏ ਸੀ ਜੀ, ਜਦੋਂ ਦੇ ਉੱਥੋਂ ਵਾਪਸ ਆਏ ਆ ਅੱਛਾ ਕਹਿੰਦੇ ਬਹੁਤੇ ਰੜਕੇ ਜੇ ਨਹੀਂ, ਮਤਲਬ ਕਿ ਤੁਹਾਨੂੰ ਲੱਗਦਾ ਕਿ ਕੋਈ ਭਰਮ ਨਿਕਲ ਗਿਆ? ਸਰਦਾਰ ਜੀ ਭਰਮ ਪਾਲ ਹੀ ਇੰਨੇ ਲਏ। ਅੱਛਾ ਪਹਿਲਾਂ ਸ਼ਤਾਬਦੀ ਜਸ਼ਨਾਂ ਦੇ ਵਿੱਚ ਇੰਝ ਲੱਗਿਆ ਹਾਂ ਕਿ ਅਸੀਂ ਪੰਥਕ ਧਿਰਾਂ ਬਿਲਕੁਲ ਤੇ ਅਸੀਂ ਪੰਥਕ ਜਿਹੜੇ ਮੰਚ ਆ ਉਹਨਾਂ ਤੋਂ ਨਜ਼ਰ ਆਈਏ ਬਿਲਕੁਲ, ਉਸੇ ਚੱਕਰ 'ਚ 11 ਕਰੋੜ ਰੁਪਈਏ ਦੀ ਬਲੀ ਲੈ ਲਈ। ਬਿਲਕੁਲ 11 ਕਰੋੜ ਰੁਪਈਆ ਸਿਰਫ ਇਸ ਕਰਕੇ ਲਵਾਤਾ ਕਿ ਜੇ ਸਾਡੀ ਸਰਦਾਰੀ ਨੂੰ ਦਾਗ ਲੱਗ ਗਿਆ ਤਾਂ ਫਿਰ ਅਸੀਂ ਵੀ ਕਾਹਦੇ ਸਰਦਾਰ ਹੋਏ। ਅਤੇ ਉਹ 11 ਕਰੋੜ ਜੀ ਉਹਨਾਂ ਗਰੀਬ ਸਿੱਖਾਂ ਦਾ ਸੀ ਜੀ, ਉਹ ਜਿਹਨਾਂ ਦੇ ਦਿਲ ਬੜੇ ਵੱਡੇ ਆ ਜਿਹੜੇ ਗੁਰੂ ਨਾਲ ਓਟ ਆਸਰੇ ਚ ਚੱਲਦੇ, ਜਿਹੜੇ ਮੰਗਣ ਜਾਂਦੇ ਨੇ ਤੇ ਗੁਰੂ ਕੋਲ ਮੰਗਦੇ ਨੇ ਝੋਲੀ ਉਹਦੇ ਅੱਗੇ ਅੱਡਦੇ ਨੇ। ਅੱਜ ਕੱਲ੍ਹ ਰੰਧਾਵਾ ਜੀ ਇਹ ਰਿਵਾਜ਼ ਖਤਮ ਹੋ ਗਿਆ, ਲੇਕਿਨ ਸਾਡੇ ਅੱਜ ਵੀ ਜਿਹੜੇ ਬਜ਼ੁਰਗ ਨੇ ਨਾ ਉਹ ਜਦੋਂ ਕਿਤੇ ਗੁਰੂ ਦਰਬਾਰ ਜਾਂਦੇ ਨੇ ਝੋਲੀ ਅੱਡ ਤੇ ਝੋਲੀ ਅੱਡਦੇ ਨੇ, ਆਪਣਾ ਜਿਹੜਾ ਪਾਇਆ ਹੁੰਦਾ ਨਾ ਕੁੜਤਾ ਜਿਹੜਾ ਜੀ ਉਹਦੀ ਝੋਲੀ ਅੱਡਦੇ ਨੇ। ਔਰ ਇਹ ਪਰੰਪਰਾ ਮਾਵਾਂ ਜਿਹੜੀਆਂ ਨੇ ਉਹ ਗਲ ਦਾ ਦੁਪੱਟਾ ਪਾਇਆ ਉਹ ਝੋਲੀ ਪਾ ਕੇ ਅੱਡਦੀਆਂ, ਹਾਂ ਉਹ ਅਰਦਾਸ ਦਾ ਕੰਸੈਪਟ ਹੈ। ਸਰਦਾਰ ਸਾਹਿਬ ਬਹਿਬਲ ਹੋ ਜਾਂਦੇ ਆ, ਜਜ਼ਬਾਤੀ ਹੋ ਜਾਂਦੇ ਆ, ਇਹ ਅਰਦਾਸ ਦਾ ਕੰਸੈਪਟ ਆ ਔਰ ਇਹੀ ਅਰਦਾਸ ਹੁੰਦੀ ਹੈ। ਅਤੇ ਸਾਡੇ ਤਾਂ ਸਿੱਖ ਮੰਗਦੇ ਸਰਬੱਤ ਦਾ ਭਲਾ, ਬਿਲਕੁਲ ਜਦੋਂ ਗਲ ਦੇ ਵਿੱਚ ਪਰਨਾ ਪਾਉਂਦੇ ਆ ਜੀ। ਔਰ ਸੱਚਮੁੱਚ ਸਰਦਾਰ ਸਾਹਿਬ ਜੀ ਜਦੋਂ ਐਡਾ ਭਾਰੀ ਫੈਸਲਾ ਲਿਆ ਜੀ 11 ਕਰੋੜ ਵਾਲਾ, ਮੈਨੂੰ ਇੰਝ ਲੱਗਿਆ ਵੀ ਆਪਣੇ ਪ੍ਰਧਾਨ ਸਾਹਿਬ ਦੇ ਕਿਤੇ ਮਨ 'ਤੇ ਅਸਰ ਆ ਗਿਆ। ਅੱਛਾ ਕਿ ਯਾਰ ਸਲਾਹਕਾਰਾਂ ਦੇ ਆਖੇ ਲੱਗ ਕੇ ਜੀ ਐਡਾ ਕੌਮੀ ਨੁਕਸਾਨ ਕਰਵਾਉਣ ਦੀ ਕੀ ਲੋੜ ਸੀ? ਚਲੋ ਉਹ ਤਾਂ ਹੋ ਗਿਆ, ਪਰ ਪ੍ਰਧਾਨ ਸਾਹਿਬ ਜਿਹੜੇ ਸੀ ਨਾ, ਮੰਨ ਲਓ ਵੀ ਚਲੋ ਹੋ ਗਿਆ ਫੈਸਲਾ ਹੋ ਗਿਆ, ਖਰਚੇ ਗਏ ਪੈਸੇ ਕਿਹੜਾ ਜੇਬ 'ਚੋਂ ਖਰਚੇ ਸੀ, ਪਰ ਇੱਕ ਚੀਜ਼ ਹੋਰ ਹੋਈ ਜੀ ਕਿ ਇੰਨਾ ਤਾਮ ਝਾਮ ਕਰਨ ਤੋਂ ਬਾਅਦ ਹਾਂ ਹੱਥ ਕੀ ਆਇਆ? ਪਹਿਲੀ ਵਾਰੀ ਜੇ ਕੇਂਦਰ ਨੇ ਸਟੇਜ ਲਾਈ ਤਾਂ ਤਾਂ ਵੀ ਆਪਾਂ ਨੂੰ ਭੁੰਜੇ ਪੈਣਾ ਪੈ ਗਿਆ। ਹੱਥ ਕੀ ਆਇਆ? ਖੱਟਿਆ ਕੀ? ਅਕਾਲੀ ਦਲ ਦਾ ਪ੍ਰਧਾਨ ਹੋਵੇ ਜੀ, ਸਾਬਕਾ ਉਪ ਮੁੱਖ ਮੰਤਰੀ ਹੋਵੇ ਅਤੇ ਆਪਣਾ ਹੀ ਭਾਈਵਾਲ ਪਾਰਟੀ ਦਾ ਪ੍ਰਧਾਨ ਮੰਤਰੀ ਆਵੇ ਅਤੇ ਫਿਰ ਵੀ ਸਾਡੀ ਪਾਰਟੀ ਦਾ ਪ੍ਰਧਾਨ ਥੱਲੇ ਬੈਠ ਜਾਵੇ, ਬਿਲਕੁਲ, ਔਰ ਬਹਿਣਾ ਵੀ ਸਰੀਰ ਭਾਰੇ ਸਰੀਰ ਤੋਂ ਔਖਾ ਹੁੰਦਾ ਥੋੜ੍ਹਾ ਜਿਹਾ। ਜਦੋਂ ਅਸੀਂ ਕਹਿੰਦੇ ਨਾ ਵੀ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਹਾਂ ਉਦੋਂ ਕੰਸੈਪਟ ਬਾਬੇ ਨਾਲ ਵੀ ਹੈ, ਕਾਦਰ ਨਾਲ ਵੀ ਹੈ, ਬਿਲਕੁਲ, ਕਿ ਜਦੋਂ ਅੰਦਰ ਤਾਂ ਅਸੀਂ ਇੱਛਾ ਹੋਰ ਪਾਲੀ ਹੋਵੇ ਹਾਂ ਔਰ ਸਾਡੀ ਅਰਦਾਸ ਹੋਰ ਤਰ੍ਹਾਂ ਹੋਵੇ, ਬਿਲਕੁਲ ਇਹ ਵਾਪਰਿਆ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੇਖਿਆ ਬੜੀ ਦੇਰ ਤੋਂ ਜੀ ਕਿ ਉਹ ਬਾਕਾਇਦਗੀ ਨਾਲ ਸ਼੍ਰੀ ਦਰਬਾਰ ਸਾਹਿਬ ਆਉਂਦੇ ਜੀ, ਦਰਬਾਰ ਸਾਹਿਬ ਬਾਕਾਇਦਗੀ ਨਾਲ ਆਉਂਦੇ ਨੇ, ਇਹ ਬਹੁਤ ਸ਼ਰਧਾਵਾਨ ਨੇ। ਮੈਨੂੰ ਕੋਈ ਇਸ ਗੱਲ ਕਹਿਣ 'ਚ ਝਿਜਕ ਨਹੀਂ ਕਿ ਉਹ ਸ਼ਰਧਾਵਾਨ ਲੋਕ ਹੈ, ਬਿਲਕੁਲ, ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਦਾ ਕਰਮ ਅਤੇ ਉਹਨਾਂ ਦੀ ਦਿਖਾਈ ਜਾ ਰਹੀ ਸ਼ਰਧਾ, ਬਿਲਕੁਲ ਉਹਦੇ 'ਚ ਪਾੜਾ ਬੜਾ ਵੱਡਾ ਹੈ। ਜੇ ਮੈਂ ਸਮਝਣਾ ਹੋਵੇ, ਮੇਰੀ ਸਮਝ 'ਚ ਇਹੀ ਆਉਂਦਾ ਕਿ ਉਹਨਾਂ ਕੋਲ ਫੈਸਲੇ ਲੈਣ ਦੇ ਸਾਰੇ ਅਖਤਿਆਰਾਤ ਸੀ, ਉਹਨਾਂ ਕੋਲ ਅਧਿਕਾਰ ਸੀਗੇ, ਉਹ ਸ਼੍ਰੋਮਣੀ ਕਮੇਟੀ ਨੂੰ ਠੀਕ ਦਿਸ਼ਾ ਦੇ ਸਕਦੇ ਸੀ ਜਾਂ ਜੇ ਆਪ ਨਹੀਂ ਸੀ ਦੇ ਸਕਦੇ, ਇੰਨੇ ਕਾਬਲ ਨਹੀਂ ਸੀ, ਜੇ ਉਹ ਮੰਨ ਲੈਂਦੇ ਆ ਜੇ ਗੱਲ ਕਹਿਣ ਕਿ ਹਾਂ ਵੀ ਹਰ ਬੰਦਾ ਕਾਬਲ ਇੰਨਾ ਨਹੀਂ ਹੋ ਸਕਦਾ ਕਿ ਉਹ ਧਰਮ ਦੇ ਮਾਮਲੇ 'ਚ ਵੱਡਾ ਹੋਵੇ ਜੀ ਜੀ, ਅਤੇ ਫਿਰ ਧਾਰਮਿਕ ਖੇਤਰ ਦੇ ਮਹਾਰਥੀ ਸਾਡੇ ਕੋਲ ਆ, ਵਿਦਵਾਨ ਲੋਕ ਸਾਡੇ ਕੋਲ ਆ, ਉਹਨਾਂ ਦੀਆਂ ਸਵਾਵਾਂ ਲੈ ਕੇ ਠੀਕ ਫੈਸਲੇ ਹੋ ਸਕਦੇ ਸੀ। ਲੇਕਿਨ ਇਸ ਤੋਂ ਵੀ ਅੱਗੇ ਜਾਇਆ ਜਾਵੇ ਸਰਦਾਰ ਸਾਹਿਬ,
कि श्री करतारपुर साहब का लांघा खोलण का मसला आउंदा जी, शुरुआती असी विरोध करते हैं क्योंकि क्रैडिट किसी होर नूं बिल्कुल, फिर असी उस जिहड़ा जिहड़ी पूरी विरोधता कीती सी जिस दी जदों पूरी दी पूरी एक वेव बन जाती है लांघे दे हक च, फिर असी उस क्रैडिट वॉर च पै जाने आ, उहदे नाल उह तुरदे आ कि असी सब तों वड्डे, फिर असी केंद्र तों लिआउण वाले हर प्रोजैक्ट दे दावेदार हो जाने कि साडा साडे एफर्ट्स, फिर उस तों अगे तुरदे आ कि केंद्र कोलों इह वी मना लिया कि असी इकट्ठे आ जी, स्टेज भी लग गई, फिर केंद्र को इह वी मना लिया कि जिहड़ी सरदारी उह वी पंजाब सरकार को डॉक्टर मनमोहन सिंह ने भी साड़ी साड़ी वो भी मना लिया, लेकिन कहिंदे आ ना कि कुदरत है ना जी, जिस पावे तिस दे, साहिब हथ जी साहिब हथ वड्याईआं, साहिब हथ वड्याईआं जिस पावे तिस दे। सो गल ये आ कि इह जिहड़ा अखीर दे विच भारे कदमां नालों पाकिस्तान वाले पास्यों इधर दाखल होए होणगे सरदार साहब जी जी, भारे कदमां नाल जी, क्योंकि सारा कुछ करन दे बावजूद मेला तक होर लै गया। बिल्कुल, देखो सवाल दो ही सी, जे उधर जा गए ने एक मुख्यमंत्री पंजाब ते एक साबका मुख्यमंत्री पंजाब जी, कोई ना कोई जड़ा स्टेटस है रुतबा जड़ा सी अपने कोल हैगा सी जी, लेकिन उत्थे किसी ने कोई ऐसा विहार नहीं किया, किसी ने ना तक नहीं लिया, अजे मुख्यमंत्री का ना तो मंच तो लिया गया जी, लेकिन ये नहीं, और एड्डी वड्डी 100 साल पुराना पार्टी, जिहड़ी पार्टी का जन्म जिहड़ा आ ननकाणे की धरत दे नाल जुड़िया आउंदा, और इस मुश्किल चो उभरन लई हाँ किड्डा वड्डा दिल चाहिए। बिल्कुल, ये जदों असी सारा कुछ इस करके कई बार कर रहे होंने कि मैं पिक्चर च होवां, लाइमलाइट च होवां, मेरा ना होवे, मेरा सारा कुछ, मैं तो मैं तक दा सबर होवे, ते सरदार साहब उत्थे को पुछे भी ना जी, ठीक है ना, और उदे तो बाद उस पीड चो उबरन लई जे प्रधान साहब यतन कर रहे आ जी, सरदार सुखबीर सिंह बादल जी, तो बाद एक पड़ा हो रहा है, उस तो बाद दा पड़ा आ 12 नवंबर दा जी, सुल्तानपुर लोधी दा, उत्थे भी किते कोई ऐसा मौका नहीं मिलिया कि दो शब्द कहण दा, नहीं उह लिया नहीं। देखो गल ये है भी सारा जो प्रबंध करके भी जी अखीर दे विच इक डर अंदर सी जी, कि लोगों ने कहना अपने लिए कीता, हाँ ठीक है जी, हुण देखो ना तुसी उस जिहड़ा अड्डे अधिक डर सी ना हाँ उहदे करके मंच तो परे रहना पै गया, ते सरदार साहब जे इन्ना करके भी अंदर डर पै ही रहना इस तरह का कि लोग की आखणगे जी, ते फिर काम ही वह करो जिहड़े नधड़क हो के कैमरा होवे जां माइक होवे जी, फिर जुरत नाल आखो कि आ मैं जिम्मेवारी लैना है, बिल्कुल आ मैं कीता है जी, ये साडा कर्म है जी, जे फिर तुसी इन्ना कुछ सीगा जी मर्यादावां ही रखणियां सी बिल्कुल, ते फिर कौम दा 12-14 करोड़ बचा लेंदे बिल्कुल, किसे होर जगह ला लेंदे बिल्कुल, ठीक है ना जी। सो मैनूं इंज लग्या कि जिद्दां सरदार सुखबीर सिंह बादल दी गैर हाजरी हुण रड़कण लग गई जी, किते स्वै मुलांकण तां नहीं करन लगे कि इह सारा कुछ जो वापरिया, मैं तुहानूं टोकण लगा, दसो अकाली दल हुण उह नहीं रिहा अच्छा जिहड़ा कदे दरियां ते बैठ के गुरुद्वारे च किसी दरिया ते बैठ के मुलांकण करता सी, अजकल अकाली दल ने मुलांकण करना हो ते कोई हिल स्टेशन लभदा अच्छा जा गोवा वर्गी बीच लभदा, ते तुहाडा मतलब प्रधान साहब दी कोई फोटो उड़ीकी समुद्री समुद्री कंढा लभदा, लेकिन जिथों तक महसूस हो रहा कि शायद प्रधान साहब ने 2019 की चोण ते लड़ी मैंबर पार्लीमेंट की, मैंबर पार्लीमेंट बन भी गए जी, और हुण उन्हां नूं महसूस हो रहा कि मैं पंजाब दे नालों टुट गया अच्छा, हुण 2 साल विधानसभा जिहड़ी आ जलालाबाद दी किसे होर को चली गई, हुण पंजाब दे विच विधायक रहा भी ते किहड़ा रहा, परमिंदर ढींडसे नूं सरदारी दित्ती सी जी कि विरोधी धिर दे नेता वाली पार्टी दा मुखी, ते परमिंदर ढींडसा भी अजकल पापा जी वांग नाराज़ है हाँ जी, चुप ही ने चुप ने, ते जो कुछ हुण सामने देखण च आ रहा जो पंजाब दे विच बीते दिनां च होया, तुहाडे सामने किसानां दे उत्ते दोष लगे कि जी पराली साड़दे ने, इहनां दे खिलाफ FIR-ां थोक च FIR-ां दर्ज होईआं, किसान फड़े गए, इस किसान दे पुत नूं पंजाब याद नहीं आया किदां आवे, दिल्ली शरेआम दोष रोधी रही आ
देखो दिल्ली ने शर्म दोष लाया कि पंजाब की पराली सड़ती है तो दिल्ली के लोगों का साह घुटदा। सर आवे कि चेता कि आए तो ही पंजाबियों ने घट की अगले नूं 25 साल के सुपने तो तोड़ के 15 सीटां तक ले आके खड़ा कर दिओ ते फिर कहने हो कि तुहाडे नाल हा दा नारा भी मारे। चलो 15 साल का ही लेखा दे दें दे। असी 10 का नहीं मंगते पे जे 15 का तो लेखा दे दें 15 साल तो दिते यार तुहानूं। मैं तो होर कहना कि प्रधान साहब नूं ये भी भुल गया कि किसी कोर्ट के विच भी कहा गया कि राजधानी चंडीगढ़ जिहड़ी है हाँ, मिल सकती है। बिल्कुल इहो जिहा मुद्दा उन्होंने सलाहकारां ने क्यों छड़ाता हाँ किसी फेसबुक पोस्ट से भी नहीं उन्होंने लिखे पानी का आप छड़ गए 2016 च हाँ पानी का तो वह आप मुद्दा छड़ गए। जदों कोर्ट एक गल कह दिंदी जी कि जिहड़ा जिहड़ा सूबा वंडिया हाँ उहदी राजधानी उहदी रहनी नवें नूं नवीं मिल जाऊ। बिल्कुल और उस मौके ते अकाली दल ए जड़ां क्यों छड़ गया अपनी है जिहदी सदा लड़ाई लड़दा रहा। प्रधान जी किसे डूंगी दुबदा जां डूंगी चिंतन च पै गए मैनूं लगदा डूंगे चिंतन च पै। अज एक बयान आया बयान प्रधान जी दे एक अहुदेदार दा प्रधान जी दे रिश्तेदार भी ने उन्होंने बयान दिता कि जिहड़ा उत्थे जगमेल कतलकांड होया संगरूर दे विच ਵੀ ਉਸ ਪੀੜਿਤ ਪਰਿਵਾਰ ਦਾ ਸਾਰ ਲੈਣ ਲਈ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਕਿਉਂ ਨਹੀਂ ਆਏ। ਅੱਛਾ ਉਸ ਵੇਲੇ ਮੈਨੂੰ ਖਿਆਲ ਆਇਆ ਉਹ ਜੇ ਸੋਨੀਆ ਨਹੀਂ ਆਏ ਰਾਹੁਲ ਨਹੀਂ ਆਇਆ ਤਾਂ ਘੱਟੋ ਘੱਟ ਜਿਨ੍ਹਾਂ ਨੇ ਪੰਜਾਬ ਦੇ ਉੱਤੇ 15 ਸਾਲ ਆਪਣਾ ਪਰਿਵਾਰ ਭਾਰੂ ਰੱਖਿਆ ਜੀ ਉਹਨਾਂ ਦਾ ਤਾਂ ਆਉਣਾ ਬਣਦਾ ਸੀ ਬਣਦਾ ਸੀ। ਔਰ ਵਾਰ ਵਾਰ ਲੋਕ ਸਵਾਲ ਕਰ ਰਹੇ ਨੇ ਕਿ ਯਾਰ ਅਕਾਲੀ ਦਲ ਦੇ ਪ੍ਰਧਾਨ ਤੇ ਸੁਖਬੀਰ ਸਿੰਘ ਬਾਦਲ ਹੈਗੇ ਨੇ ਨਹੀਂ ਗਏ ਉੱਥੇ ਢੀਂਡਸਾ ਔਰ ਚੰਦੂ ਮਾਜਰਾ ਰੱਖੜਾ ਮੈਨੂੰ ਲੱਗ ਮੈਂ ਵੇਖੀ ਫੋਟੋ ਤੇ ਪਰ ਮਸਲਾ ਤੇ ਇਹਦਾ ਕਿ ਚੰਦੂ ਮਾਜਰਾ ਸਾਹਿਬ ਵੀ ਤੇ ਮੈਂਬਰ ਪਾਰਲੀਮੈਂਟ ਨੇ ਉਹ ਕਿਹੜਾ ਸੰਗਰੂਰ ਹਲਕੇ ਦੇ ਨੇ। ਨਹੀਂ ਗੱਲ ਜੇ ਸੁਖਬੀਰ ਜੀ ਜਾਂਦੇ ਮਾਫ ਕਰਨਾ ਜੇ ਸੁਖਬੀਰ ਵੈਸੇ ਵੈਸੇ ਨਿੱਕੇ ਨਿੱਕੇ ਈਵੈਂਟ ਤੇ ਪਹੁੰਚਣ ਵਾਲੇ ਹਾਂ ਏਡੇ ਵੱਡੇ ਤਸ਼ੱਦਦ ਤੋਂ ਬਾਅਦ ਇੰਨੇ ਦਿਲ ਦਲਾਉਣ ਵਾਲੇ ਮਸਲੇ ਤੇ ਜਾਣਾ ਬਣਦਾ ਸੀ ਜੇ ਤੁਸੀਂ ਪੰਜਾਬ ਦੀ ਰਾਜਨੀਤੀ ਕਰਨੀ ਆ ਜੀ 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 ਤੇ ਤੁਸੀਂ ਇਹ ਮੌਕੇ ਨਹੀਂ ਛੱਡ ਸਕਦੇ ਜਦੋਂ ਲੋਕ ਮਰ ਰਹੇ ਹੋਣ। ਹਾਂ ਜਿਸ ਤਰ੍ਹਾਂ ਕਿਰਨਜੋਤ ਕਤਲ ਕੇਸ ਦੇ ਵਿੱਚ ਜੀ ਜਿਹੜਾ ਕਿਸਾਨ ਧਨੇਰ ਹੈ ਮਨਜੀਤ ਧਨੇਰ ਉਹਦੀ ਗ੍ਰਿਫਤਾਰੀ ਹੋ ਗਈ ਜੀ ਸਾਰੀ ਕਿਸਾਨ ਯੂਨੀਅਨ ਆ ਉਹਦੇ ਮਗਰ ਖੜ ਗਈਆਂ ਧਰਨੇ ਦੇ ਧਰਨਾ ਲਗਾਤਾਰ 46 ਦਿਨ ਧਰਨਾ ਚੱਲਿਆ। ਬਿਲਕੁਲ ਬਿਲਕੁਲ ਚੱਲਿਆ ਉਹ ਬਾਹਰ ਆ ਗਿਆ ਅੱਜ ਉਹੀ ਧਨੇਰ ਜਿਹੜਾ ਉਹ ਲੋਕਾਂ ਦਾ ਹੀਰੋ ਆ ਲੋਕਾਂ ਦੇ ਮਨਾਂ 'ਚ ਆ ਅੱਜ ਉਹ ਸ਼ਖਸ ਜਿਹਨੇ 15 ਸਾਲ ਰਾਜ ਨਹੀਂ ਕੀਤਾ ਸੂਬੇ 'ਤੇ ਉਹ ਕਿਸਾਨਾਂ ਨੂੰ ਦਿਲਾਸਾ ਦੇ ਰਿਹਾ ਕਿ ਮੈਂ ਤੁਹਾਡੇ ਨਾਲ ਵਧੀਕੀ ਨਹੀਂ ਹੋਣ ਦਿੰਦਾ। ਇਹਦਾ ਮਤਲਬ ਕਿ ਜਿਨ੍ਹਾਂ ਹਿੱਤਾਂ ਲਈ ਕੱਲ੍ਹ ਤੱਕ ਅਕਾਲੀ ਦਲ ਲੜਦਾ ਰਿਹਾ ਔਰ ਅਕਾਲੀ ਦਲ ਸੱਤਾ ਦੇ ਮੁਕਾਮ ਤੱਕ ਪੁੱਜਿਆ ਅੱਜ ਅਕਾਲੀ ਦਲ ਨੂੰ ਉਹ ਮੁੱਦੇ ਭੁੱਲ ਗਏ। ਨਹੀਂ ਅਸਲ 'ਚ ਨਾ ਦੇਖੋ ਸੁਖਬੀਰ ਸਿੰਘ ਬਾਦਲ ਹੋਰ ਤਰ੍ਹਾਂ ਦੀ ਰਾਜਨੀਤੀ ਲਈ ਆਏ ਸੀ ਜੀ ਉਹਨਾਂ ਨੇ ਯਤਨ ਵੀ ਬੜਾ ਕੀਤਾ ਕਿ ਮੈਂ ਇਸ ਅਕਾਲੀ ਰਾਜਨੀਤੀ ਨੂੰ ਆਪਣੇ ਢੰਗ ਨਾਲ ਤੋੜ ਮਰੋੜ ਲਵਾਂ। ਅੱਛਾ ਲੇਕਿਨ ਪੰਜਾਬ ਦੇ ਲੋਕ ਸਮਝਦੇ ਨਹੀਂ ਨਾ ਜੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੈ ਜੀ ਤੇ ਉਹਦੇ ਅਨੁਸਾਰ ਬਦਲ ਜਾਂਦੇ ਲੇਕਿਨ ਪੰਜਾਬ ਦੀਆਂ ਜੜ੍ਹਾਂ ਡੂੰਘੀਆਂ ਪੰਜਾਬ ਦੇ ਲੋਕ ਅਜੇ ਏਡੀ ਛੇਤੀ ਟਰੈਕ ਨਹੀਂ ਬਦਲਦੇ। ਪੰਜਾਬ ਦੇ ਲੋਕ ਤੁਹਾਡੇ ਹਿਸਾਬ ਨਾਲ ਅਜੇ ਤੱਕ ਉਹ ਜਿਹੜੀ ਕਾਰਪੋਰੇਟ ਕਲਚਰ ਆ ਕਿ ਹਰ ਬੰਦੇ ਦੇ ਕੋਟ ਪਾਇਆ ਹੋਣਾ ਚਾਹੀਦਾ ਅਤੇ ਇੱਥੇ ਬੋ ਲੱਗੀ ਹੋਣੀ ਚਾਹੀਦੀ ਹੈ ਇੱਕੋ ਜਿਹੇ ਰੰਗ ਦੀ ਵਰਦੀ ਹੋਵੇ ਅਤੇ ਹਰ ਬੰਦਾ ਜੈਸਰ ਕਰਨਾ ਨਹੀਂ ਸ਼ੁਰੂ ਕਰ ਦੇ ਨਾ ਨਹੀਂ ਇਹਨਾਂ ਵਪਾਰ ਦਾ ਤਰੀਕਾ ਬਦਲਿਆ ਇਹਨਾਂ ਕੁੜਤੇ ਪਜਾਮੇ ਵਾਲਾ ਕਾਰਪੋਰੇਟ ਕਲਚਰ ਲਿਆਂਦਾ। ਅੱਛਾ ਇਹਨਾਂ ਕੋਲ 40-40 ਲੱਖ ਵਾਲੀਆਂ ਗੱਡੀਆਂ ਜੀ ਅਤੇ 20-20 ਹਜ਼ਾਰ ਵਾਲੇ ਕੁੜਤੇ ਪਜਾਮੇ ਅਤੇ ਉਹ ਸਾਰਿਆਂ ਨੇ ਅੱਧਿਆਂ ਨੇ ਬੈਂਕ ਦੇ ਕੁਰਜ ਅਤੇ ਗੱਡੀਆਂ ਲਈਆਂ ਸੀ। ਮੈਂ ਕਿਹਾ ਜੋ ਮਰਜ਼ੀ ਆ ਲੇਕਿਨ ਜਿਹੜਾ ਅਕਾਲੀ ਦਲ ਘਰੋਂ ਰੋਟੀ ਖਾ ਕੇ ਤੁਰਦਾ ਸੀ ਜੀ ਜਿਹੜੇ ਜਥੇਦਾਰ ਮੋਢੇ 'ਤੇ ਝੋਲਾ ਸੁੱਟ ਕੇ ਚੱਲ ਪੈਂਦੇ ਉਹਨਾਂ ਜਥੇਦਾਰਾਂ ਦਾ ਕਿਰਦਾਰ ਵੀ ਸੀ ਔਰ ਅਜੇ ਵੀ ਪੁਰਾਣੀਆਂ ਕਹਾਣੀਆਂ ਜਦੋਂ ਸੁਣਦੇ ਆ ਤੇ ਲੋਕ ਘਰਾਂ ਦੇ ਵਿੱਚ ਜਿਹੜਾ ਨਾ ਜੀ ਹੁਣ ਬਗਾਨੇ ਬੰਦੇ ਨੂੰ ਵੜਨ ਦੀ ਅੱਜ ਤਾਂ ਇਜਾਜ਼ਤ ਨਹੀਂ ਜੀ ਲੇਕਿਨ ਉਹਨਾਂ ਦਿਨ ਸਮਿਆਂ ਦੇ ਵਿੱਚ ਲੋਕ ਅਕਾਲੀਆਂ ਨੂੰ ਸਨਮਾਨ ਨਾਲ ਦੇਖਦੇ। ਬਿਲਕੁਲ ਬਿਲਕੁਲ ਜਿਸ ਕਲਚਰ ਨੂੰ ਸੁਖਬੀਰ ਨੇ ਤੋੜ ਮਰੋੜਿਆ ਸੀ ਬੋੜੀ ਬਾਬਾ ਡਾਂਗ ਵਾਲਿਆ ਬੋੜੀ ਬਾਬਾ ਡਾਂਗ ਵਾਲਿਆ ਰਨ ਬਸਰੇ ਨੂੰ ਬਿਲਕੁਲ ਉਸ ਵੇਲੇ ਡਾਂਗ ਦਾ ਜਿਹੜਾ ਡਾਂਗ ਰੱਖਣ ਦਾ ਹੱਕਦਾਰ ਸੀ ਉਹ ਕਿਸੇ ਅਕਾਲੀ ਨੂੰ ਕਿਹਾ ਜਾਂਦਾ ਸੀ। ਬਿਲਕੁਲ ਔਰ ਉਦੋਂ ਇਹ ਵੀ ਕਿਹਾ ਜਾਂਦਾ ਸੀ ਮੈਂ ਕਾਲਣ ਹੋ ਗਈ ਵੇ ਅਕਾਲੀਆ ਤੇਰਿਆਂ ਦੁੱਖਾਂ ਦੀ ਮਾਰੀ ਕਿਉਂਕਿ ਅਕਾਲੀ ਜਿਹੜੇ ਸੀ ਉਹ ਤੇ ਹਮੇਸ਼ਾ ਲੋਕ ਹਿੱਤਾਂ ਦੇ ਲਈ ਜੇਲ੍ਹਾਂ ਦੇ ਜਾਂਦੇ ਸੀ ਡਾਂਗਾ ਖਾਂਦੇ ਸੀ ਤੇ ਅੱਜ ਜਿਹੜਾ ਸੀ ਉਹ ਸਾਰਾ ਬਦਲ ਗਿਆ। ਨਹੀਂ ਉਹ ਹੁਣ ਉਹੀ ਸਵਾਲ ਅਹਿਮ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵਿਚਾਰਧਾਰਾ ਦੀ ਤਰਜਮਾਨੀ ਕਰਨਾ ਚਾਹੁੰਦੇ ਆ ਜੀ ਜਿਹਦੀਆਂ ਜੜ੍ਹਾਂ 'ਚ ਸੰਘਰਸ਼ ਪਿਆ ਜੀ ਤੁਸੀਂ ਬਹੁਤ ਚਿੱਟ ਕੱਪੜੀਏ ਕਲਚਰ ਦੇ ਵਿੱਚ ਆ ਕੇ
ਤੁਸੀਂ ਉਹਨਾਂ ਲੋਕਾਂ ਦਾ ਮੂੰਹ ਚੜਾਉਂਦੇ। ਤੁਹਾਡੀ ਗੱਲ ਟੋਕਣ ਲੱਗਾ, ਤੁਸੀਂ ਇੱਕ ਲਫ਼ਜ਼ ਵਰਤਿਆ ਵੀ ਅਕਾਲੀ ਦਲ ਉਹ ਲੋਕ ਪੰਜਾਬ ਦੇ ਲੋਕ ਜਿਹਨਾਂ ਦੀਆਂ ਜੜ੍ਹਾਂ 'ਚ ਸੰਘਰਸ਼ ਹੈ। ਥੋੜ੍ਹਾ ਜਿਹਾ ਇਹਨੂੰ ਦੂਸਰੇ ਪਾਸੇ ਸੋਚੋ, ਉਹ ਕੀ ਉਹਨਾਂ ਲੋਕਾਂ ਨੇ ਅੱਜ ਸੁਖਬੀਰ ਬਾਦਲ ਨੂੰ ਸੰਘਰਸ਼ ਦੇ ਰਾਹ ਤੋਰ ਦਿੱਤਾ। ਇਹ ਤਾਂ ਨਜ਼ਰ ਆ ਰਿਹਾ ਹੈ, ਸੰਘਰਸ਼ੀ ਹੈ, ਤੁਸੀਂ ਠੀਕ ਜਿਉਣ ਦਾ ਸੰਘਰਸ਼, ਮਤਲਬ ਸਰਵਾਈਵਲ ਦਾ ਸੰਘਰਸ਼ ਹਾਂ ਲੋਕਾਂ ਨੇ ਸਿਖਾਇਆ। ਬਿਲਕੁਲ, ਕਿਉਂਕਿ ਦੇਖੋ ਸਿਆਸਤ ਦੇ ਵਿੱਚ ਇਸ ਤਰ੍ਹਾਂ ਦਾ ਕਲਚਰ ਲਿਆਉਣ ਲਈ ਸੁਖਬੀਰ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ। ਬਿਲਕੁਲ, ਪੰਜਾਬ ਦੇ ਵਿੱਚ ਪੁੱਠੇ ਸਿੱਧੇ ਪਰਚਿਆਂ ਦੀ ਰਾਜਨੀਤੀ ਜੀ, ਔਰ ਜਿਹੜਾ ਵਿਰੋਧੀ ਉਹਨੂੰ ਦਬਾਉਣ ਦੀ ਰਾਜਨੀਤੀ, ਬਿਲਕੁਲ ਇਹ ਕਰਨ ਨਾਲ ਪੰਜਾਬ ਦਾ ਪੂਰਾ ਕਲਚਰ ਭ੍ਰਿਸ਼ਟਿਆ ਗਿਆ ਜੀ। ਜਦੋਂ ਪੰਜਾਬ ਦੇ ਲੋਕ ਹਿੱਤ ਮੰਗਣ ਲਈ ਸੜਕਾਂ ਦੇ ਉੱਤਰੇ, ਹੱਕ ਮੰਗਣ ਲਈ ਉੱਤਰੇ, ਤੇ ਉਦੋਂ ਕਿਹਾ ਕਿ ਜਿਹਨਾਂ ਨੂੰ ਘਰ ਕੋਈ ਚੱਲਦਾ ਨਹੀਂ, ਵਿਹਲੇ ਲੋਕ ਧਰਨਿਆਂ 'ਤੇ ਆ ਬੈਠਦੇ ਨੇ। ਨਹੀਂ ਸਰਦਾਰ ਸਾਹਿਬ, ਇੱਕ ਹੋਰ ਵੱਡਾ ਦੋਸ਼ ਹੈ, ਕਦੇ ਤੁਸੀਂ ਨਜ਼ਰ ਰੱਖ ਕੇ ਦੇਖਿਓ ਜੀ, ਜਿਹੜੀ ਸਭ ਤੋਂ ਅਮਨ ਕਾਨੂੰਨ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਸੀ ਜੀ, ਇਹਦਾ ਮੁਕੰਮਲ ਸਿਆਸੀਕਰਨ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ। ਬਿਲਕੁਲ, ਔਰ ਉਸ ਸਿਆਸੀਕਰਨ ਨੂੰ ਕਰਦਿਆਂ ਉਹ ਇਹ ਭੁੱਲ ਗਏ ਕਿ ਕੱਲ੍ਹ ਨੂੰ ਰਾਜ ਕਿਸੇ ਹੋਰ ਦਾ ਵੀ ਆ ਸਕਦਾ। ਐਸੀਆਂ ਨਵੀਆਂ ਪੈੜਾਂ ਪਾਈਆਂ ਜੀ ਸਿਆਸਤ ਦੇ ਵਿੱਚ ਕਿ ਜੋ ਵਾਰਾ ਖਾਂਦਾ ਉਹ ਕਰ ਲਓ, ਕਰ ਲਏ, ਲੇਕਿਨ ਇਹਦੇ ਨਾਲ ਜਿਹੜਾ ਸਿਸਟਮ ਸਾਡਾ ਪੂਰੇ ਦਾ ਪੂਰਾ ਪੰਜਾਬ ਦਾ ਬਿਲਕੁਲ ਗੜਬੜਾਇਆ, ਲੋਕਾਂ ਦਾ ਜਿਉਣਾ ਮਹਾਲ ਹੋਇਆ ਆਮ ਬੰਦੇ ਨੂੰ। ਕਿਉਂਕਿ ਦੇਖੋ ਇਸ ਮੂਵਮੈਂਟ ਦੇ ਵਿੱਚ 10 ਸਾਲ ਦੇ ਰਾਜ 'ਚ ਸੁਖਬੀਰ ਸਿੰਘ ਬਾਦਲ ਵਾਲੇ 'ਚ ਜਿਸ ਤਰ੍ਹਾਂ ਹਰ ਇਲੈਕਸ਼ਨ ਨੂੰ ਜਿੱਤਣ ਦੀ ਜਿੱਦ ਸੀ ਜੀ, ਹਰ ਇਲੈਕਸ਼ਨ ਜਿਹੜੀ ਜੇਬ 'ਚ ਪਾਉਣ ਦੀ, ਲੁੱਟਣ ਦੀ ਜਿੱਦ ਸੀ, ਉਹਨੇ ਪਿੰਡਾਂ 'ਚ ਧੜੇਬੰਦੀਆਂ ਪੈਦਾ ਕੀਤੀਆਂ। ਮੈਂ ਕਿਹਾ ਜਿੱਤਣ ਦੀ ਜਿੱਦ ਤਾਂ ਇਸ ਤਰ੍ਹਾਂ ਦੀ ਸੀ ਕਿ ਵਿਧਾਨ ਸਭਾ ਦੀਆਂ ਸੀਟਾਂ 117 ਸੀ ਜੀ, ਅਤੇ ਦਾਅਵੇ 234 ਦੇ ਹੁੰਦੇ ਸੀ। ਲੇਕਿਨ ਕੁਦਰਤ ਦਾ ਵੀ ਆਪਣਾ ਇੱਕ ਬੜਾ ਵੱਡਾ ਅਸੂਲ ਆ, ਇਹ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਨਾ ਵਾਪਰਦੀਆਂ ਜੀ, ਕਿਸੇ ਵੇਲੇ ਬਹੁਤ ਅਕਹਿ ਕਸ਼ਟ ਸਹਿਣੇ ਪੈਂਦੇ ਸਾਡੇ ਰੂਹ ਨੂੰ, ਜੇ ਇਹ ਘਟਨਾਵਾਂ ਨਾ ਵਾਪਰਦੀਆਂ ਜੀ, ਕੋਈ ਵੱਡੀ ਗੱਲ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਤੀਜੀ ਵਾਰ ਦਾ ਕੋਈ ਜੁਗਾੜ ਕਰਕੇ ਬਹਿ ਜਾਂਦੇ। ਇਹਦੇ 'ਤੇ ਜਿਹੜਾ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਂਡ, ਗੁਰੂ ਕਿਸ ਵੇਲੇ ਆਪ ਵਿੱਚ ਸ਼ਾਮਿਲ ਹੋ ਕੇ ਇਹ ਰਾਜ ਤੋੜਿਆ ਗਿਆ, ਜਦੋਂ ਇਹ ਬੇਅਦਬੀ ਕਾਂਡ ਵਾਪਰਦਾ ਉਦੋਂ ਜਿਹੜੀ ਲੋਕਾਂ ਦੀ ਅੰਦਰ ਦੀ ਆਸਥਾ ਜੀ, ਉਹ ਇਹ ਵਾਰ ਵਾਰ ਕਹਿ ਰਹੀ ਸੀ ਕਿ ਸਿੱਖ ਤੇ ਬੜੀ ਵਾਰੀ ਸਰਕਾਰਾਂ ਨੇ ਮਾਰੇ ਨੇ, ਸਿੱਖ ਸਰਕਾਰਾਂ ਨੇ ਬੜੀ ਵਾਰੀ ਮਾਰੇ ਨੇ, ਲੇਕਿਨ ਇਹ ਪਿਛਾਂ ਨਹੀਂ ਹਟੇ। ਲੇਕਿਨ ਇਸ ਵਾਰ ਸਿੱਖਾਂ ਦਾ ਦਰਦ ਦੇਖ ਕੇ ਗੁਰੂ ਨੇ ਆਪਣੀ ਕੁਰਬਾਨੀ ਦੇ ਦਿੱਤੀ ਹੈ, ਲੋਕ ਇਹ ਸ਼ਬਦਾਂ ਦੀ ਵਰਤੋਂ ਕਰਦੇ ਰਹੇ ਨੇ। ਹੁਣ ਜਦੋਂ ਲੋਕਾਂ ਦੀ ਜ਼ਬਾਨ 'ਤੇ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਸਰਕਾਰਾਂ ਕੀ ਕਿਹਦੇ ਸਾਹਮਣੇ ਕੀ ਹੈ, ਤਖਤੇ ਪਲਟ ਜਾਂਦੇ ਨੇ, ਫਿਰ ਪਲਟ ਗਏ। ਹੁਣ ਫਿਰ ਮੈਂ ਘੁੰਮ ਕੇ ਫਿਰ ਆਉਂਦਾ ਕਿ ਜੇਕਰ ਤੁਸੀਂ ਏਡੀ ਵੱਡੀ ਵਿਰਾਸਤ ਵਾਲੀ ਪਾਰਟੀ ਨੂੰ ਚਲਾ ਰਹੇ ਹੋ ਜੀ, ਤੁਸੀਂ ਦਾਅਵਾ ਕਰਦੇ ਹੋ ਕਿ ਅਸੀਂ ਮੇਨ ਅਕਾਲੀ ਦਲ ਜੀ, ਤੁਸੀਂ ਏਡੇ ਵੱਡੇ ਨੁਕਸਾਨ ਤੋਂ ਬਾਅਦ ਵੀ ਸਬਕ ਨਹੀਂ ਸਿੱਖਦੇ? ਨਾ, ਘਰ ਦੇ ਵਿੱਚ ਪੁਰਾਣੇ ਬਜ਼ੁਰਗ ਬੈਠੇ ਆ ਜੀ, ਸਾਹ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਟਰੈਕ ਰਿਕਾਰਡ ਸਿੱਖਇਜ਼ਮ ਦੇ ਮਾਮਲੇ 'ਚ, ਪੰਥਕ ਰਵਾਇਤਾਂ ਦੇ ਮਾਮਲੇ 'ਚ ਵਧੀਆ ਤਾਂ ਨਹੀਂ ਜੀ, ਲੇਕਿਨ ਉਹ ਬਹੁਤ ਪਰੌੜ ਸਿਆਸਤਦਾਨ ਹੰਡੇ ਵਰਤੇ ਸਿਆਸਤਦਾਨ, ਸੱਤਾ ਤੇ ਕਾਬਜ਼ ਹੋਣਾ ਤੇ ਉਹ ਭਲੀ ਭਾਂਤ ਜਾਣਦੇ। ਲੇਕਿਨ ਸੁਖਬੀਰ ਸਿੰਘ ਬਾਦਲ ਨੇ ਕੋਈ ਪੈਂਤੜਾ ਨਵਾਂ ਇਸ ਤਰੀਕੇ ਨਾਲ ਲਿਆਉਣ ਦਾ ਯਤਨ ਨਹੀਂ ਕੀਤਾ ਕਿ ਲੋਕ ਮਨਾਂ ਦੇ ਵਿੱਚੋਂ ਰੋਹ ਘਟਾ ਦਈਏ। ਬਿਲਕੁਲ, ਜੇਕਰ ਕੋਈ ਮੈਂ ਫੇਲੀਅਰ ਮੰਨਦਾ ਹੈ, ਹਾਲਾਤ ਕਹਿੰਦੇ ਕਿ ਹਾਲਾਤ ਇਹ ਰਹੇ ਨੇ ਕਿ ਜਿੱਥੇ ਵੀ ਕਿਤੇ ਪਿੱਤਲ ਨੂੰ ਵੀ ਹੱਥ ਪਾਇਆ ਉਹ ਮਿੱਟੀ ਹੋ ਗਿਆ। ਮੈਂ ਉਹੀ ਕਿਹਾ ਸਰਦਾਰ ਸਾਹਿਬ ਕਿ ਅਸਫਲ ਹੋਣਾ ਕੋਈ ਮਸਲਾ ਨਹੀਂ ਹੈ ਜੀ, ਨਾਕਾਮਯਾਬੀਆਂ ਮਿਲਦੀਆਂ ਨੇ, ਲੇਕਿਨ ਜਿਹੜਾ ਨਾਕਾਮਯਾਬੀਆਂ ਤੋਂ ਵੀ ਨਹੀਂ ਸਿੱਖਦਾ ਜੀ, ਅਸਫਲਤਾਵਾਂ ਤੋਂ ਸਿੱਖ ਕੇ ਫਿਰ ਅੱਗੇ ਪੋਜ਼ਿਟਿਵਿਟੀ ਨਹੀਂ ਦਿਖਾਉਂਦਾ, ਉਹ ਹਾਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੋਇਆ ਜੀ, ਕਿ ਲਗਾਤਾਰ ਗਲਤੀ 'ਤੇ ਗਲਤੀ। ਹੁਣ ਜੇ ਸ਼ਤਾਬਦੀ ਸਮਾਗਮਾਂ ਦੇ ਮੌਕੇ 'ਤੇ ਜੀ ਥੋੜ੍ਹਾ ਜਿਹਾ ਸੰਜਮ ਤੋਂ ਕੰਮ ਲੈਂਦੇ, ਤੇ ਮੇਰਾ ਖਿਆਲ ਆ ਕਿ ਇਸ ਸਾਰੇ ਵਰਤਾਰੇ ਨੂੰ ਸੰਗਤ ਦੇ ਨਜ਼ਰੀਏ ਤੋਂ ਤਸਵੀਰ ਕੁਝ ਹੋਰ ਹੁੰਦੀ ਮੇਰਾ ਖਿਆਲ। ਲੇਕਿਨ ਹੋਇਆ ਉਹੀ ਹੈ ਜਿਹਦਾ ਡਰ ਸੀ ਜੀ, ਜੋ ਅਸੀਂ ਪਹਿਲੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਦੇ ਰਹੇ ਹਾਂ ਕਿ ਇੱਕ ਵਾਰੀ ਫਿਰ ਜੋ ਇਸ ਵੇਲੇ ਹਾਲਾਤ ਨੇ ਅਕਾਲੀ ਦਲ ਦੇ, ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ, ਜਿੱਥੋਂ ਤੱਕ ਆਪਣਾ ਜਿਹੜਾ ਹੈਗਾ ਰੁਤਬਾ ਉਹਦੇ, ਲੋਕ ਸਵਾਲ ਕਰਦੇ ਪਏ ਨੇ ਵਾਰ ਵਾਰ ਕਿ ਸੁਖਬੀਰ ਹੋਰਾਂ ਨੇ ਪੰਜਾਬ ਵਾਕਿਆ ਛੱਡ ਹੀ ਦਿੱਤਾ? ਛੱਡਣ ਵਾਲੇ ਨਹੀਂ, ਤੁਹਾਨੂੰ ਵੀ ਪਤਾ ਜੀ, ਥੋੜ੍ਹੀ ਰੈਸਟ ਕਰਕੇ ਆਉਣਗੇ ਜੀ, ਲੇਕਿਨ ਮੁਲਾਂਕਣ ਨਹੀਂ ਕਰਨਗੇ, ਚਿੰਤਨ ਨਹੀਂ ਕਰਨਗੇ, ਅੱਛਾ ਕਿੱਥੇ ਗਲਤੀਆਂ ਹੋਈਆਂ ਉਹਨਾਂ ਵੱਲ ਨਹੀਂ ਜਾਣਗੇ ਜੀ, ਕਿੱਥੇ ਲੋਕਾਂ ਨੂੰ ਅਸੀਂ ਕੁੱਟਿਆ ਮਾਰਿਆ ਉੱਧਰ ਨਹੀਂ ਸੋਚਣਗੇ। ਬਿਲਕੁਲ, ਲੋਕ ਮਨਾਂ ਦੇ ਵਿੱਚੋਂ ਇਹ ਰੋਹ ਕਿੱਦਾਂ ਖਤਮ ਕਰਨੇ ਨਹੀਂ ਜਾਣਗੇ ਜੀ, ਸ਼੍ਰੋਮਣੀ ਕਮੇਟੀ 'ਚ ਠੀਕ ਫੈਸਲੇ ਲੈਣ ਲਈ ਉਹਨੂੰ ਆਜ਼ਾਦ ਰੱਖਣਾ ਇਹ ਨਹੀਂ ਸੋਚਣਗੇ ਜੀ, ਠੀਕ ਹੈ। ਦਰਬਾਰ ਸਾਹਿਬ ਦੇ ਵਿੱਚ
ਨੇਮ ਨਾਲ ਮੱਥਾ ਟੇਕਿਆ ਜਾਊਗਾ, ਗੁਰਬਾਣੀ ਸਰਵਣ ਕੀਤੀ ਜਾਊਗੀ, ਲੇਕਿਨ ਕਰਨਗੇ ਉਹੀ ਜੋ ਮਨ ਕਰੂਗਾ। ਕਿਉਂਕਿ ਜੇ ਸੰਗਤ ਦੇ ਨਜ਼ਰੀਏ 'ਚ, ਸੰਗਤੀ ਰੂਪ 'ਚ ਦੇਖਣਾ ਹੋਵੇ, ਅਤੇ ਜੇ ਬਹੁਗਿਣਤੀ ਲੋਕਾਂ ਦੇ ਮਨ 'ਚ ਤੁਹਾਡੇ ਪ੍ਰਤੀ ਪਰੇਸ਼ਾਨੀ ਹੈ ਜੀ, ਅਤੇ ਉਹਨੂੰ ਦੂਰ ਕਰਨ ਲਈ ਕੁਝ ਯਤਨ ਤਾਂ ਕਰੋ ਜੀ, ਜੋ ਸਿਆਣੇ ਲੋਕਾਂ ਦੀ ਰਾਏ ਲਓ, ਕੁਛ ਤਾਂ ਦੇਖੋ ਕਿੱਥੇ ਬਦਲਣ ਵਾਲਾ, ਫਿਰ ਤੁਸੀਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ। ਹਾਂ, ਅੱਜ ਵੀ ਲੋਕ ਕਹਿੰਦੇ ਆ ਕਿ ਜੇਕਰ ਕੋਈ ਧਿਰ ਪ੍ਰੋਪਰ ਤਿਆਰੀ ਨਾਲ ਅੱਗੇ ਨਹੀਂ ਆਉਂਦੀ ਜੀ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਮਹਿਸੂਸ ਕਰਦੇ ਕਿ ਹੋਰ ਦਿਓਗੇ ਕਿਹਨੂੰ ਜੀ, ਰਾਜ ਤੇ ਮੈਨੂੰ ਹੀ ਦੇਣਾ ਜੀ। ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਰ੍ਹਾਂ ਦੀ ਲਥਾਰਜਿਕ ਕਾਰਜ ਪ੍ਰਣਾਲੀ ਹੈ, ਉਹ ਸੁਖਬੀਰ ਸਿੰਘ ਬਾਦਲ ਇਕੱਲਿਆਂ ਕਹਿੰਦੇ ਸੋਚਦੇ ਆ, ਉਹਨਾਂ ਦੇ ਸਾਥੀ ਕਿਸੇ ਵੇਲੇ ਜ਼ਿਕਰ ਵੀ ਏਦਾਂ ਹੁੰਦਾ, ਉਹ ਕਹਿੰਦੇ ਜੀ ਹੋਰ ਕਿਹਨੂੰ ਦਿਓਗੇ ਸਾਡੇ ਬਿਨਾਂ, ਕਿਉਂਕਿ ਹੋਰ ਕੋਈ ਧਿਰ ਹੀ ਨਹੀਂ। ਲੇਕਿਨ ਇਸ ਵੇਲੇ ਅਜੇ ਵੀ ਸਥਿਤੀ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੈਰ ਹਾਜ਼ਰੀ ਇੱਕ ਤਰ੍ਹਾਂ ਨਾਲ ਇਹ ਸੰਕੇਤ ਤਾਂ ਨਹੀਂ ਕਿਤੇ ਜੀ ਕਿ ਜੋ ਸਾਰੇ ਘਟਨਾਕ੍ਰਮ ਸੀ ਸ਼ਤਾਬਦੀ ਲਾਂਘੇ ਨਾਲ ਸੰਬੰਧਿਤ, ਉਹਨਾਂ ਦੇ ਵਿੱਚ ਪ੍ਰਧਾਨ ਸਾਹਿਬ ਦੇ ਮਨ 'ਤੇ ਕਿਤੇ ਅਸਰ ਆਇਆ ਹੋਵੇ, ਉਹਨਾਂ ਨੂੰ ਲੱਗਿਆ ਹੋਵੇ ਕਿ ਕੁਝ ਗਲਤੀਆਂ ਹੋਈਆਂ, ਉਹਨਾਂ ਨੂੰ ਸੁਧਾਰ ਲਈਏ। ਚਲੋ, ਸਾਡੀ ਇਹ ਮਨੋਕਲਪਤ ਖਿਆਲ ਵੀ ਹੋ ਸਕਦਾ, ਲੇਕਿਨ ਜੇ ਮਨੋਕਲਪਤ ਖਿਆਲ ਵੀ ਅਮਲ 'ਚ ਆ ਜੇ ਤੇ ਉਹ ਕੁਝ ਪੋਜ਼ਿਟਿਵਿਟੀ ਨਾਲ ਅੱਗੇ ਆਉਣ। ਹਾਂ, ਕੋਈ ਪਤਾ ਨਹੀਂ, ਜਿੱਦਾਂ ਕੱਲ੍ਹ ਤੱਕ ਨਵਜੋਤ ਸਿੱਧੂ ਦੀਆਂ ਮਤਲਬ ਫੋਟੋਆਂ ਵੀ ਨਸ਼ਰ ਹੋਈਆਂ ਜੀ ਕਿ ਉਹ ਵੈਸ਼ਨੋ ਦੇਵੀ ਦੇ ਗਏ ਨੇ ਤੇ ਉੱਥੇ ਸਮਾਧੀ 'ਚ ਲੀਨ ਰਹੇ ਨੇ ਜੀ, ਕੋਈ ਪਤਾ ਨਹੀਂ ਪ੍ਰਧਾਨ ਸਾਹਿਬ ਆਪਣੇ ਦਿੱਲੀ ਵਾਲੀ ਰਿਹਾਇਸ਼ ਦੇ ਉੱਤੇ ਸਮਾਧੀ ਲੀਨ ਹੋਣ, ਅਤੇ ਜਦੋਂ ਉਹਨਾਂ ਨੂੰ ਅੱਛਾ ਲੱਗੇ ਵੀ ਲੋਕ ਇਹ ਸੋਚਣ ਲੱਗੇ ਤੇ ਉਹ ਵੀ ਆਪਣੀ ਕੋਈ ਤਸਵੀਰ ਨਸ਼ਰ ਕਰ ਦੇਣ। ਇਹ ਵੀ ਗੱਲ ਆ, ਔਰ ਉੱਧਰ ਸਰਦ ਰੁੱਤ ਦਾ ਸਮਾਗਮ ਵੀ ਹੈ ਜੀ, ਕਿਤੇ ਪ੍ਰਗਟ ਨਾ ਹੋ ਜਾਣ ਲੋਕ ਸਭਾ ਦੇ ਅੰਦਰ ਜਾ ਕੇ, ਹੈ ਨਾ। ਸੋ ਆਓ ਦੇਖਦੇ ਹਾਂ, ਦੇਖਣਾ ਬਣਦਾ, ਤੁਸੀਂ ਵੀ ਦੇਖੋ ਅਸੀਂ ਵੀ ਦੇਖਦੇ ਹਾਂ। ਬਹੁਤ ਮਿਹਰਬਾਨੀ।